ਵੀ ਦੋਸਤੋ ਬਹੁਤ ਸਾਰੇ ਲੋਕਾਂ ਨੂੰ ਪੰਜਾਬ ਵਾਲਿਆਂ ਨੂੰ ਤੇ ਪੰਜਾਬੀ ਬੋਲਣ ਪੜਨ ਵਾਲਿਆਂ ਨੂੰ ਤਾਂ ਲਗਭਗ ਪਤਾ ਹੋਊਗਾ ਵੀ ਇਹਨਾਂ ਨੂੰ ਚਿੱਬੜ ਕਹਿੰਦੇ ਆ। ਇਹ ਸਾਡੇ ਆਮ ਖੇਤਾਂ 'ਚ ਵੀ ਹੁੰਦੇ, ਵੇਲਾਂ ਦੇ ਹੁੰਦੇ, ਵੇਲ ਹੁੰਦੀ ਆ, ਪਰ ਇਹ ਜੰਗਲਾਂ ਦੇ ਵਿੱਚ ਵੀ ਆਮ ਸਾਡੇ ਪਾਏ ਜਾਂਦੇ, ਉੱਧਰ ਮਾਲਵਾ ਦੇ ਵਿੱਚ ਖਾਸ ਕਰ। ਇਹਨਾਂ ਦੀ ਚਟਨੀ ਬਹੁਤ ਸਵਾਦ ਬਣਦੀ ਆ ਅਤੇ ਤੁਹਾਨੂੰ ਅੱਜ ਦੇ ਦਿਖਾਵਾਂਗੇ ਵੀ ਚਟਨੀ ਬਣਦੀ ਕਿਵੇਂ ਇਹਦੀ। ਇਹ ਸਾਈਜ਼ ਹੁੰਦਾ ਦੇਖਣ ਦੇ ਵਿੱਚ ਛੋਟਾ ਵਾਟਰਮੇਲਨ ਲੱਗਦਾ। ਆਮ ਜਿਹੜੀ ਨਵੀਂ ਜਨਰੇਸ਼ਨ ਹੈ ਨਵੇਂ ਬੱਚਿਆਂ ਨੂੰ ਛੋਟਾ ਵਾਟਰਮੇਲਨ ਵੀ ਕਹਿ ਦਿੰਦੇ ਆ। ਐਂ ਛਿੱਲੀ ਦਾ ਪਹਿਲਾਂ ਤਾਂ ਛਿੱਲੜੇ ਦੇ ਉਤਾਰ ਦੇਣੇ ਇਸ ਤਰ੍ਹਾਂ, ਉਸ ਤੋਂ ਬਾਅਦ ਇਸ ਤਰ੍ਹਾਂ ਛਿੱਲ ਕੇ ਰੱਖ ਲੈਣੇ ਆ। ਅੱਗੇ ਪ੍ਰੋਸੈਸ ਕੀ ਕਰਨਾ ਉਹ ਵੀ ਦੱਸ ਦੇ ਤੁਹਾਨੂੰ। ਦੋਸਤੋ ਇਹ ਚਿੱਬੜ ਕੱਟ ਲਿਆ ਸੀ, ਵੈਸੇ ਸਾਡਾ ਹੁਣੇ ਹੁਣੇ ਸਾਨੂੰ ਪਤਾ ਲੱਗਿਆ ਵੀ ਇਹਨੂੰ ਹਿੰਦੀ ਦੇ ਵਿੱਚ ਕਚਰੀ ਕਹਿੰਦੇ ਆ। ਜੋ ਲੋਕ ਹਿੰਦੀ ਮੇਂ ਸਮਝਤੇ ਉਨਕੇ ਲੀਏ ਵੀ ਮੈਂ ਥੋੜ੍ਹਾ ਥੋੜ੍ਹਾ ਹਿੰਦੀ ਮੇਂ ਬਾਤ ਕਰਤਾ ਰਹੂੰਗਾ ਕਿ ਇਹ ਕਚਰੀ, ਕਚਰੀ ਵੀ ਬੋਲ ਸਕਤੇ ਹੈ ਹਿੰਦੀ ਮੇਂ ਇਸਕੋ, ਮਤਲਬ ਬੋਲਤੇ ਹੈ ਆਜ ਮੇਰੇ ਕੋ ਪਤਾ ਚਲਾ। ਪਿਆਜ, ਹਰੀਆਂ ਮਿਰਚਾਂ, ਲਾਲ ਮਿਰਚਾਂ, ਅਦਰਕ, ਲਸਣ, ਸਾਰੀਆਂ ਚੀਜ਼ਾਂ ਤੁਸੀਂ ਕੱਟ ਕੇ ਇਹਦੇ ਵਿੱਚ ਪਾ ਸਕਦੇ ਹੋ, ਅੱਜ ਸਵਾਦ ਅਨੁਸਾਰ ਜੋ ਤੁਹਾਨੂੰ ਚੰਗਾ ਲੱਗਦਾ ਪਾ ਸਕਦੇ ਹੋ ਤੁਸੀਂ। ਪਹਿਲਾਂ ਮਿਰਚਾਂ ਕੁੱਟਣ ਦੀ ਵਾਰੀ ਆ ਗਈ, ਹੁਣ ਸਭ ਪਹਿਲੇ ਮਿਰਚ ਕੁੱਟ ਸਕਤੇ ਹਾਂ ਆਪ। ਇਸਮੇ ਕੁੰਡੇ ਔਰ ਡੰਡੇ ਮੇਂ ਬਣਾਨੇ ਕਾ ਇੱਕ ਰੀਜ਼ਨ ਹੈ ਕਿ ਇਹ ਜੋ ਕੁੰਡਾ ਹੋਤਾ ਹੈ ਇਹ ਹੋਤਾ ਹੈ ਮਿੱਟੀ ਕਾ, ਔਰ ਇਹ ਡੰਡਾ ਜੋ ਹੋਤਾ ਇਹ ਹੋਤਾ ਨੀਮ ਕਾ। ਤੋ ਮਿੱਟੀ ਔਰ ਨੀਮ ਕਾ ਇੱਕ ਮਿਸ਼ਰਣ ਬਣਤਾ ਹੈ ਜਿਸਸੇ ਇਹ ਪੌਸ਼ਟਿਕ ਹੋ ਜਾਤੀ ਹੈ, 100% ਐਲਕਲਾਈਨ ਹੋ ਜਾਤੀ ਹੈ। ਵੈਸੇ ਤੋ ਇਹ ਜੋ ਜੋ ਚੀਜ਼ੇ ਹਮ ਡਾਲ ਰਹੇ ਹੈ ਸਾਰੀ ਐਲਕਲਾਈਨ ਹੈ ਇਸਮੇ। ਚਿੱਬੜ ਕੁੱਟਣ ਦੀ ਵਾਰੀ ਆ ਗਈ, ਹਿੰਦੀ ਵੀ ਬੋਲ ਦਿੱਤੇ ਅਸੀਂ ਕਚਰੀ। ਕਚਰੀ ਕੋ ਐਸੇ ਕੁੱਟਣਾ ਹੈ, ਰਗੜਨਾ ਹੈ, ਸੋਰੀ ਜਬ ਵੈਸੇ ਤੋ ਹਿੰਦੀ ਮੈਂ ਅੱਛੀ ਬੋਲ ਲੈਤਾ ਹੂੰ, ਪਰ ਜਬ ਪੰਜਾਬੀ ਮੇਂ ਬਣਾਤਾ ਹੂੰ ਸਾਥ ਸਾਥ ਮੇਂ ਤੋ ਹਿੰਦੀ ਮੇਂ ਥੋੜ੍ਹੀ ਪੰਜਾਬੀ ਮਿਕਸ ਹੋ ਜਾਂਦੀ ਗਲਤੀ ਸੇ। ਇਸਕੋ ਬੜੇ ਆਰਾਮ ਸੇ ਰਗੜਨਾ ਹੈ ਕਿਉਂਕਿ ਅਗਰ ਜ਼ਿਆਦਾ ਤੇਜ਼ ਰਗੜੋਗੇ ਤਾਂ ਇਹ ਬਾਹਰ ਆਏਗੀ ਉਛਲ ਕੇ, ਉਹ ਸਹੀ ਤਰੀਕੇ ਸੇ ਰਗੜੀ ਵੀ ਨਹੀਂ ਜਾਏਗੀ। ਬੜੇ ਪਿਆਰ ਸੇ, ਬੜੇ ਆਰਾਮ ਸੇ ਇਸਕੋ ਬਣਾਉਣਾ ਹੋਤਾ ਹੈ। ਦੋਸਤੋ ਆਪ ਦੇਖ ਸਕਤੇ ਹੈ ਇਸਕੋ ਰਗੜ ਕੇ ਰਗੜ ਕੇ ਹਮਨੇ ਬਿਲਕੁਲ ਇਸਕਾ ਜੋ ਹੈ ਮਲਾਈ ਜੈਸਾ ਰੂਪ ਆ ਗਿਆ ਹੈ, ਮੁਲਾਇਮ ਬਿਲਕੁਲ। ਔਰ ਇਸਕੇ ਜੋ ਬੀਜ ਹੋਤੇ ਹੈ ਉਹ ਇਤਨੇ ਹਾਰਡ ਹੋਤੇ ਹੈ, ਉਹ ਨਹੀਂ ਰਗੜੇ ਜਾਤੇ। ये चटनी की शेप इसने ले ली धीरे धीरे, अब इसमें पड़ेंगे बाकी प्याज, नमक मिर्च सारा कुछ। अब हमने डाल लिए हैं इसमें प्याज और लाल मिर्च स्वाद अनुसार, नमक स्वाद अनुसार, जो आपकी इच्छा, जो तेज़ खाते हैं तेज़ डालो, कम खाते हैं कम डालो। तो दोस्तों प्याज नूं भी चंगी तरह रगड़ के
देखो ये गल निक्की जी चटनी बनाना पर जिहड़ा हैगा चटनी बनाउण दे वी कई तरीके है क्योंकि मैक्सिमम लोग जिहड़ी चटनी बनाउंदे आ मिक्सी च बनाउंदे आ या चॉपर नाल बनाउंदे आ या हैंड चॉपर नाल बनाउंदे आ। पर जिहड़ी कूंडे दी चटनी है ना ये साडे पिंडां वाले जाणदे आ कि कूंडे दी चटनी दा असर की है। तुसीं देखो वी इहदे विच कोई वी ब्लेड नहीं लगा हैगा, सिर्फ आपां चीज़ां नूं छिल्लिया है ते माड़ा माड़ा कट्टिया है। पर जिहड़ा कूंडे दे विच कुट्टण दा असर हैगा, देखो नीचे पत्थर और मिट्टी, पत्थर दे थोड़े थोड़े टुकड़े पए हुए है जिते कुट्टे आ, देखो काले काले दिखते होने हैं, ते मिट्टी मिट्टी दा असर पूरा इहदे विच आउंदा चाहे मिट्टी पक्की हुई है। जिहड़ा निम दा डंडा हैगा उहदा असर भी देखो सारा निम दा जांदा, निम दा असर तुहानूं पता ही है किन्ने हुंदे इहदे विच। ਇਹਦੇ ਨਾਲ ਜਿਹੜੀ ਕੁੰਡੇ ਨਾਲ ਚਟਨੀ ਬਣਦੀ ਨਾ ਉਹਦਾ ਸਵਾਦ ਹੀ ਵੱਖਰਾ ਦੋਸਤੋ, ਇੱਕ ਤਾਂ ਬਹੁਤ ਜ਼ਿਆਦਾ ਬਰੀਕ ਨਹੀਂ ਹੁੰਦੀ ਹੈਗੀ, ਮੂੰਹ 'ਚ ਹਰ ਚੀਜ਼ ਦਾ ਅਲੱਗ ਅਲੱਗ ਸਵਾਦ ਆਉਂਦਾ, ਅਲੱਗ ਅਲੱਗ ਪੌਸ਼ਟਿਕ ਹੁੰਦੀ ਹੈ। ਇਹਦਾ ਜਿਹੜਾ ਚੀਜ਼ਾਂ ਪਾਈਆਂ ਇਹਦੇ ਵਿੱਚ ਚਿੱਬੜ ਪਾਏ ਆ ਜਾਂ ਹੋਰ ਪਾਏ ਆ ਉਹਨਾਂ ਦਾ ਅਸਰ ਨਹੀਂ ਖਤਮ ਹੁੰਦਾ ਹੈਗਾ। ਸਭ ਤੋਂ ਵੱਡੀ ਗੱਲ ਇਹਦੇ ਨਾਲ ਜਿਹੜੀ ਚਿੱਬੜ ਦੀ ਪ੍ਰੋਪਰਟੀ ਹੈਗੀ ਹੈ, ਚਿੱਬੜ ਦਾ ਗੁਣ ਹੈਗਾ ਉਹ ਤੁਹਾਡੀ ਫੈਟ ਘਟਾਉਂਦਾ, ਸਭ ਤੋਂ ਵੱਡੀ ਗੱਲ ਪੇਟ ਸਾਫ਼ ਰੱਖਦਾ, ਫੈਟ ਘਟਾਉਂਦਾ, ਥੋੜ੍ਹਾ ਮਤਲਬ ਭਾਰ ਵੀ ਘਟੂਗਾ ਇਹਦੇ ਨਾਲ ਹਲਕਾ ਫੁਲਕਾ। ਹਾਂ ਇਹ ਤੋਂ ਬਾਅਦ ਤੁਸੀਂ ਪੀਜ਼ੇ ਬਰਗਰ ਖਾ ਲਓ ਫਿਰ ਵੱਖਰੀ ਗੱਲ, ਪਰ ਇਹਦਾ ਅਸਰ ਬਹੁਤ ਜ਼ਿਆਦਾ ਵਿੱਚ ਮੱਖਣੀ ਪਈ ਹੋਵੇ ਜਾਂ ਦੇਸੀ ਘਿਓ ਪਾਇਆ ਹੋਵੇ ਪਰੌਂਠੀ 'ਤੇ ਰੱਖ ਕੇ, ਨਾ ਦਾਲ ਦੀ ਲੋੜ ਨਾ ਸਬਜ਼ੀ ਦੀ ਲੋੜ ਇਹਦੇ ਨਾਲ, ਚਿੱਟੀ ਮੱਖਣੀ ਹੋਵੇ ਘਰ ਦੀ, ਅਮੂਲ ਦਾ ਮੱਖਣ ਨਾ ਹੋਵੇ, ਚਿੱਟੀ ਮੱਖਣੀ ਘਰ ਦੀ ਵਿੱਚ ਚਟਨੀ ਪਈ ਹੋਵੇ। ਮੇਰੇ ਯਾਰ ਹੈ ਦੋਸਤ ਮੇਰਾ ਸੱਤ ਸਮੁੰਦਰੋਂ ਪਾਰ ਗੁਲਾਬ ਸਿੰਘ, ਜਦੋਂ ਇਹ ਵੀਡੀਓ ਵੇਖੂਗਾ ਉਹਦੇ ਮੂੰਹ 'ਚ 100% ਪਾਣੀ ਆਊਗਾ, 100% ਉਹਦੇ ਮਨ 'ਚ ਵੀ ਆਵੇ ਮੈਂ ਕੋਰੀਅਰ ਕਰਾਵਾਂ ਕੈਨੇਡਾ ਲਈ ਉਹਨੂੰ। ਬੜੀ ਐਂ ਸਹਿਜਤਾ ਨਾਲ ਹੁੰਦੀ ਹੈ। ਲਓ ਜੀ ਦੋਸਤੋ ਇਹ ਕੰਪਲੀਟ ਹੋ ਗਈ ਹੁਣ ਬਿਲਕੁਲ ਬਿਲਕੁਲ ਕੰਪਲੀਟ ਚਟਨੀ, ਬਣਾਉਣ ਵਾਲਾ ਬਾਪੂ ਸਾਡਾ, ਅਤੇ ਚਾਅ ਨਾਲ ਰਗੜੀ ਜਾਂਦੀ ਹੈ ਐਵੇਂ ਸ਼ੌਂਕ ਨਾਲ, ਮਜਬੂਰੀ 'ਚ ਨਹੀਂ ਚਟਨੀ ਬਣਦੀ ਕੁੰਡੇ 'ਚ ਕਦੇ ਵੀ, ਇਹ ਗੱਲ ਯਾਦ ਰੱਖਿਓ ਹਮੇਸ਼ਾ, ਸਾਰਾ ਕੁਝ ਪੈਦਾ ਕਰਨਾ ਪੈਂਦਾ। ਇਹ ਸਾਡੀਆਂ ਵਿਰਾਸਤ ਦੀਆਂ ਚੀਜ਼ਾਂ ਹੈ, ਸਹੀ ਮਹੀਨੇ ਦੇ ਵਿੱਚ ਇਹਨਾਂ ਨੂੰ ਵੇਖ ਕੇ ਸੱਚੀ ਸਾਡਾ ਬਚਪਨ ਯਾਦ ਆ ਜਾਂਦਾ, ਵਿਰਾਸਤੀ। ਲਓ ਵੀ ਦੋਸਤੋ ਚਟਨੀ ਜਮ੍ਹਾਂ ਤਿਆਰ ਹੈ, ਹੁਣ ਚਿੱਟੀ ਮੱਖਣੀ ਅਤੇ ਪਰੌਂਠੀ ਦਾ ਇੰਤਜ਼ਾਰ ਹੈ ਅਤੇ ਮੂੰਹ 'ਚ ਆ ਗਿਆ ਪਾਣੀ, ਸੱਚੀ ਜਿਹੜਾ ਖਾਊਗਾ ਨਾ ਉਹ ਕਹੂਗਾ ਯਾਰ ਵਾਕਈ ਇਹ ਵੀ ਚਟਨੀ ਨਹੀਂ ਖਾਧੀ ਇਹ ਜ਼ਿੰਦਗੀ 'ਚ, ਕੁੰਡੇ 'ਚ ਵੇਖ ਲੈ ਮਲਾਈ ਵਰਗੀ ਬਣ ਗਈ ਹੈ ਚਟਨੀ, ਜਮ੍ਹਾਂ ਮਲਾਈ ਵਰਗੀ।